समस्या सारे टोबे का पानी आके इस घर च बढ़ गया। सारा सारे घर के बच्चे बेचारे कितने निकल स्कूल करने घर बैठे ने साढ़े बच्चे। किन्ने टाइम समस्या जी? ये सन तो हूँ 8-9 दिन की तो जमी पूरी हो रही है। ऊँ जब मीह पैंदा उदो हुंदी है घरां दे विच जल। मैं दिखावां तैनूं अंदर इन्ना इन्ना पानी पड़िया गंदा पानी। प्रशासन ने कोई सार नहीं ली? किसी ने सार नहीं ली। असीं मंग करदे आं प्रशासन उरे केरा चार गेड़े दे दे इहदे विच वी फिर मन जांगे असीं उहनां नूं। समस्या सानूं घट्टो घट्ट 10 साल दा समस्या है। जदों बारिश पैंदी है वी तुसीं सहाब ला लो वी घट्टो घट्ट गोडे तो उपर पानी हुंदा जी उरे भी इन्नी ज्यादा समस्या है। हुण तुसीं आप सहाब लो घट्टो घट्ट 12-13 दिन हो गए जी असीं धरने ला ला के थक गए जी। SDM कोल जा के थक गए, EO कोल, कमेटी सानूं कोई भी बंदा छड्डा जिहदे कोल असीं गए ही नहीं है। सानूं इक्को मंग रखी हुई है जी साडा टोबा डूंगा किया जाए जी, इसकी सफाई की जाए, एक नहर बंद की जाए जी। नहर की तेल खुली पई है, नहर का पानी टोबे च डिगदा, टोबा ओवरफ्लो हो गया, घरां च पानी बढ़ता जी। घट्टो घट्ट ना जी इस तो जो बरसात हुई जी पिछली बार वो लोगों घट्टो घट्ट लोगों 10 मकान डिग चुके, लैटरियां डिग चुकियां, ब्रांडे डिग चुके लोगों के भी। लोग इन्ने ज्यादा परेशान हो रहे हैं, धरने ला ला के भी अक गए जी। मंग आई कर रहे हैं जो डूंगा किया जाए जी, ਸਾਡੇ ਗਲੀ ਸੁਧਾਰ ਕੀਤਾ ਜਾਵੇ, ਗਲੀਆਂ ਦੀ ਸਫਾਈ ਕੀਤੀ ਜਾਵੇ ਜੀ। ਕਮੇਟੀ ਵਾਲੇ ਦਾ ਕੋਈ ਬੰਦਾ ਉਰੇ ਆ ਕੇ ਦੇਖਿਆ ਤੁਸੀਂ ਆਪ ਸਹਿਬ ਲਓ ਵੀ ਕਿੰਨਾ ਕਿੰਨਾ ਗੰਦ ਫਸਿਆ ਪਿਆ ਜੀ ਉਰੇ ਜੀ। ਸਵਸਥਾ ਵਿਆਹ ਨਾਲ ਤੇ ਵਾਰਡ ਲੈਣ ਵਾਸਤੇ ਦਿੱਲੀ ਪਹੁੰਚ ਜਾਂਦੇ ਨੇ ਜੀ ਕਮੇਟੀ ਵਾਲੇ ਜੀ। ਇਹ ਕਹਿੰਦੇ ਨੇ ਵੀ ਬਹੁਤ ਸਫਾਈ ਕੀਤੀ, ਉਸ ਉਹਨਾਂ ਨੂੰ ਬੁਲਾ ਵੀ ਉਰੇ ਆ ਕੇ ਦੇਖੋ ਵੀ ਸਫਾਈ ਕਿੰਨਾ ਕੁ ਹੋ ਰਹੀ ਹੈ ਜੀ ਮਨੁੱਖ ਦੇ ਅੰਦਰ ਜੀ। ਇੱਕ ਜਾਂਦੇ ਨੇ ਬਾਣੀਆਂ ਦੀ ਗਲੀਆਂ ਵਿੱਚ ਸਾਂ ਵੀ ਬਹੁਤ ਵਧੀਆ ਸਫਾਈ ਕਰ ਰੱਖੀ ਹੈ, ਵੀ ਜ਼ਿਮੀਂਦਾਰਾਂ ਦੇ ਬੇੜੇ ਵਿੱਚ ਆ ਕੇ ਦੇਖੋ ਵੀ ਕਿੰਨੀ ਸਫਾਈ ਹੋ ਰਹੀ ਹੈ। ਵੀ ਇਹ ਜਿਹੜਾ ਗੰਦਾ ਪਾਣੀ ਹੈ ਜੀ ਸਾਡੇ ਘਰਾਂ ਦੇ ਵਿੱਚ ਵੜ ਰਿਹਾ, ਸਾਡੇ ਬੱਚੇ ਸਕੂਲ ਨਹੀਂ ਜਾ ਸਕਦੇ ਹੈਗੇ। ਜੇ ਇਹਦੀ ਜੋੜ ਦੀ ਸਫਾਈ ਹੋਵੇ ਜੀ ਜਦ ਜਾ ਕੇ ਇਹਦਾ ਹੱਲ ਹੋਊਗਾ। ਵਿੱਚ ਜਿਹੜੇ ਬੰਦੇ ਹੈਗੇ ਨੇ ਵੀ ਇਹਦੀ ਸਫਾਈ ਨਹੀਂ ਕਰਨ ਵਾਸਤੇ ਤਿਆਰ ਹੈਗੇ ਜੀ। ਸਾਨੂੰ ਨਾ ਮਤਲਬ ਕਿ ਇੱਥੇ ਜੀਣਾ ਹਰਾਮ ਹੋ ਰਿਹਾ ਜੀ। ਜਮੀ ਲੈਟਰੀਆਂ ਦੇ ਵਿੱਚੋਂ ਸਾਨੂੰ ਟੱਪ ਕੇ ਘਰੇ ਜਾਣਾ ਪੈ ਰਿਹਾ, ਬਦਬੂ ਮਾਰਨ ਲੱਗ ਰਹੀ ਹੈ ਪੂਰੀ ਗਲੀ ਦੇ ਵਿੱਚ। ਮਤਲਬ ਕਿ ਸਾਰੇ ਲੋਕਾਂ ਨੂੰ ਪਰੇਸ਼ਾਨੀ ਹੈ ਜੀ ਪੂਰੀ ਗਲੀ ਤੱਕ ਜੀ, ਅਤੇ ਅਸੀਂ ਰੋਟੀ ਵੀ ਨਹੀਂ ਖਾ ਸਕਦੇ ਹੈਗੇ ਜੀ। ਸਵੇਰੇ ਆ ਦੇਖ ਲਓ ਤੁਸੀਂ ਪਾਣੀ ਦੇ ਵਿੱਚੋਂ ਸਾਨੂੰ ਸਾਡੇ ਪੈਰ ਦੇ ਵਿੱਚ ਨਾ ਮਤਲਬ ਕਿ ਉਹ ਖਾਜ ਲੱਗੀ ਜੀ, ਬਿਮਾਰੀ ਲੱਗੀ ਸਾਨੂੰ। ਅਤੇ ਮਤਲਬ ਕਿ ਸਾਡਾ ਇਹ ਹੈ ਵੀ ਇਹਦਾ ਮਤਲਬ ਕਿ ਹੱਲ ਕਰੋ ਜੀ, ਅਤੇ ਅਸੀਂ ਮਤਲਬ ਕਿ ਜਿਹੜਾ ਸੁੱਕ ਦਾ ਸਾਹ ਲਈਏ। ਕਿਸੇ ਸਰਕਾਰ SDM ਨੂੰ ਕਿਸੇ ਨੇ ਨਹੀਂ ਵੀਰ ਜੀ, ਕਿਸੇ ਨੇ ਨਹੀਂ ਦੇਖਿਆ, ਕਿਸੇ ਨੇ ਵੀ ਉਹ ਕਰਿਆ ਹੈਗਾ। ਅਸੀਂ ਸਾਰਿਆਂ ਕੋਲ ਜਾਏ, MC ਵਾਲੇ ਕੋਲ ਜਾਏ, ਪ੍ਰਧਾਨ ਕੋਲ ਜਾਏ, ਮਹਿਕਮੇ ਕੋਲ, ਕਮੇਟੀ ਕੋਲ ਜਾਏ, ਪੁਲਿਸ ਵਾਲੇ ਆਉਂਦੇ ਨੇ, ਸਾਰੇ ਮਹਿਕਮੇ ਵਾਲੇ ਆਉਂਦੇ ਨੇ, ਮਿੱਠੀਆਂ ਗੋਲੀਆਂ ਦੇ ਕੇ ਵਗ ਜਾਂਦੇ ਨੇ ਜੀ। ਕਿਸੇ ਨੇ ਕੁਛ ਨਹੀਂ ਕਰਿਆ ਹੈਗਾ। ਅਸੀਂ ਇਹ ਨਹੀਂ ਹੈਗਾ ਵੀ ਅਸੀਂ ਅੱਜ ਤੋਂ ਪਰੇਸ਼ਾਨ ਹਾਂ ਜੀ, ਸਾਨੂੰ ਘੱਟੋ ਘੱਟ ਵੀ ਇੱਥੇ 10 ਸਾਲ ਹੋ ਗਏ ਜੀ। ਬਾਰਿਸ਼ ਆ ਜਾਂਦੀ ਹੈ ਉਦੋਂ ਤਾਂ ਗੋਡੇ ਗੋਡੇ ਤੱਕ ਆ ਜਾਂਦਾ ਪਾਣੀ ਜੀ, ਬਿਨਾਂ ਬਾਰਿਸ਼ ਤੋਂ ਇਹ ਹਾਲ ਹੋ ਰਿਹਾ ਜੀ ਸਾਡਾ ਦੇਖੋ ਜੀ। ਅਤੇ ਸਾਰਾ ਮਤਲਬ ਕਿ ਗੰਦਾ ਪਾਣੀ ਹੈ ਜੀ, ਬਿਲਕੁਲ ਇਹ ਮੱਛਰਾਂ ਵਾਲਾ ਜੀ, ਲੈਟਰਿੰਗ ਪੂਰੀ ਲੈਟਰਿੰਗ ਵਾਲਾ ਪਾਣੀ ਹੈ ਜੀ ਇਹ।